ਛੱਪੜ ਪਿੰਡ ਦਾ ਜਿੱਥੇ ਪਸ਼ੂ ਨੂੰ ਆਨੇ ਰੱਜ ਫਿਰ ਇੱਕ ਦੂਜੇ ਨੂੰ ਪੂਰੀ ਨਜ਼ਰ ਰੱਖਣ ਵਾਲੇ ਲਓ ਪਹਿਲੀ ਕਬੱਡੀ ਹਾਂਜੀ ਲਾ ਜੀ ਪਹਿਲੀ ਕਬੱਡੀ ਅਨੀਸ ਬਿੱਲਾ ਇਮਤਿਆਜ਼ ਆਲਮ ਦਾ ਸ਼ਗੇਰ ਅਨੀਸ ਬਿੱਲਾ ਤੇਜ਼ ਤਰੀਨ ਰੇਡਰ ਆ ਪਹਿਲੇ ਫੈਮੀ ਕੁਆਟਰ ਫਾਈਨਲ ਦੇ ਵਿੱਚ ਵੀ ਇਸ ਨੌਜਵਾਨ ਨੇ ਬੰਦੇ ਸ਼ਾਇਦ ਤਜੱਬਲ ਬਾਜਵਾ ਕਬੱਡੀ ਕਲੱਬ ਦਾ ਕਬੱਡੀ ਦਾ ਹੋਣ ਲੱਗਾ ਮੈਚ ਸ਼ੁਰੂ ਅਨੀਸ ਬਿੱਲਾ ਬਿਲਕੁਲ ਤਿਆਰ ਬਰ ਤਿਆਰ ਆ ਔਰ ਚਾਰ ਜਾਫੀ ਮੇਟ ਕੋ ਉਧਰ ਬਿਲਕੁਲ ਖੂਬਸੂਰਤ ਸੰਗਲੀ ਬਣਾ ਕੇ ਖੜੀ ਹੈ ਅਨੀਸ ਬਿੱਲੇ ਦੀ ਪਈ ਹੋਈ ਰੇਟ ਇੱਕ ਇੱਕ ਦੋ ਤਿੰਨ ਨਹੀਂ ਅਸੀਂ ਚਾਰ ਭਰਾ ਜਿਹੜਾ ਚੰਗਾ ਲੱਗਦਾ ਤੂੰ ਹੱਥ ਉਸ ਨੂੰ ਲਾ ਵੱਧ ਕੇ ਟੱਚ ਮਾਰਿਆ ਅਨੀਸ ਬਿੱਲੇ ਨੇ ਸ਼ਕੀਲ ਜੱਟ ਨੂੰ ਕਿਹਾ ਮੈਂ ਲੱਡੂ ਵੰਡ ਦੀ ਕਚਹਿਰੀਓਂ ਆਵਾਂ ਜੇ ਪਹਿਲੀ ਪੇਸ਼ੀ ਯਾਰ ਛੁੱਟ ਜਾਏ ਚੱਲ ਜਵਾਨਾ ਰਾਣਾ ਆਤਫ ਰਾਣਾ ਅਤਿ ਪਿਆਰ ਦੇ ਨਾਲ ਇਹਨੂੰ ਕਹਿੰਦੇ ਆ ਬਿੱਲਾ ਗੁੱਜਰ ਲੱਗ ਗਿਆ ਕੈਂਚੀ ਮਾਰੀ ਬਗਲ ਭਰੀ ਲੇਕਿਨ ਰਾਣਾ ਆਤਫ ਵੱਡਾ ਤਜਰਬਾ ਰੱਖਦਾ ਹੋਇਆ ਪੁਆਇੰਟ ਲੈਣ ਦੇ ਵਿੱਚ ਕਾਮਯਾਬ ਹੋਇਆ ਦੂਸਰੇ ਪਾਸੋਂ ਉਸਮਾਨ ਮੁਹੰਮਦ ਉਸਮਾਨ ਇਸ ਨੌਜਵਾਨ ਦਾ ਨਾਮ ਆ ਪਿਆਰ ਦੇ ਨਾਲ ਇਹਨੂੰ ਉਸਮਾਨ ਕਾਲਾ ਕਰਕੇ ਕਿਹਾ ਜਾਂਦਾ ਪਾਕਿਸਤਾਨ ਆਰਮੀ ਦੇ ਨਾਲ ਇਸ ਨੌਜਵਾਨ ਦਾ ਤਲਕ ਆ ਭਰਵਾਂ ਜਿਹਾ ਸਰੀਰ ਆ ਦੂਸਰੇ ਪਾਸੇ ਮਤੂਬਾ ਦੀ ਮਤੂਬਾ ਔਰ ਸ਼ਕੀਲ ਜੱਟ ਨਾਲ ਹੋਈ ਟੱਕਰ ਸ਼ਕੀਲ ਜੱਟ ਔਰ ਉਸਮਾਨ ਉਸਮਾਨ ਔਰ ਸ਼ਕੀਲ ਦੇ ਦਰਮਿਆਨ ਚੱਲਦਾ ਹੋਇਆ ਮੁਕਾਬਲਾ ਗੁੱਠਾ ਗੁੱਠਾ ਹੋ ਗਿਆ ਦੋਨੋਂ ਤੇ ਬਚ ਗਿਆ ਲਲਕਾਰਾ ਹੁਣ ਤੇ ਨੰਬਰ ਉਹਨੇ ਖੜਨਾ ਜਿਹੜਾ ਹੋ ਜਾਣ ਵਿੱਚ ਭਾਰਾ ਪ੍ਰੋਫੈਸਰ ਪ੍ਰਵੇਸ਼ ਅਖਤਰ ਸਾਹਿਬ ਦਾ ਇਸ਼ਾਰਾ ਜਵੇਦ ਜਵੇਦ ਗੁੱਜਰ ਸਾਹਿਬ ਵਾਲਾ ਜਵੇਦ ਦਸਤਾਨੇ ਵਾਲਾ 500 ਰੁਪਇਆ ਵੀ ਚੱਲ ਸ਼ਹਿਰਾਮ ਸਾਜਨ ਪੱਟੋ ਜੀ ਓ ਜਵਾਨਾ ਜੀ ਜੀ ਓ ਜਵਾਨਾ ਜੀ ਸ਼ਹਿਰਾਮ ਸਾਜਨ ਪੱਟੋ ਵੀ ਇੰਟਰਨੈਸ਼ਨਲ ਕਬੱਡੀ ਪਲੇਅਰ ਆ ਵੱਡਾ ਤਜਰਬਾ ਰੱਖਦਾ ਇੱਕ ਦਫਾ ਫਿਰ ਗਿਆ ਅਨੀਸ ਬਿੱਲਾ ਅਨੀਸ ਬਿੱਲਾ ਅਨੀਸ ਬਿੱਲਾ ਅਨੀਸ ਬਿੱਲਾ ਚੱਲ ਨੇ ਜਵਾਨਾ ਸਾਜਾ ਗੁੱਜਰ ਜਿਹੜਾ ਪਾਕਿਸਤਾਨ ਦਾ ਇਸ ਵੇਲੇ ਖਤਰਨਾਕ ਤਰੀਨ ਚਾ ਫੀਕਣਿਆ ਜਾਂਦਾ ਅਨੀਸ ਬਿੱਲਾ ਆਇਆ ਨੱਚਦਾ ਤੇ ਟੱਪਦਾ ਪੁਆਇੰਟ ਲੈ ਕੇ ਆਇਆ ਲਾਲਾ ਬੈਦੁੱਲਾ ਕੰਪੋ ਕਹਿੰਦੇ ਬਦਲ ਗੁੱਦਵਾ ਤੇ ਜਾਣੇ ਦੇ ਵਿੱਚ ਬੜੀ ਆ ਕੋਟੀ ਦੇ ਮੈਦਾਨ ਵਿੱਚ ਬੁੱਢੀ ਹੋਣੇ ਦੀ ਚੜੀ ਆ ਜਿੱਧਰ ਆਉਂਦਾ ਜਾਂਦਾ ਲੋਕੀ ਵੇਖਦੇ ਹੀ ਰਹਿੰਦੇ ਨੇ ਇਹ ਬੈਦੁੱਲਾ ਲੋਕੀ ਲਾਲਾ ਲਾਲਾ ਕਹਿੰਦੇ ਨੇ ਅੱਜ ਲਾਲਾ ਲਾਲਾ ਇਸ ਨੌਜਵਾਨ ਨੇ ਕਰਵਾਈ ਹੋਈ ਆ ਇਹਨੂੰ ਹੋ ਵੱਧ ਕੇ ਲੱਗਿਆ ਚੱਲ ਜਵਾਨਾ ਜੀਓ ਜਵਾਨਾ ਜੀ ਹੋ ਗਈ ਟੱਕਰ ਲਾਲਾ ਦੇ ਨਾਲ ਗੁੱਠਮ ਗੁੱਠਾ ਹੋ ਗਿਆ ਨੌਜਵਾਨ ਇੱਕ ਪਾਸੇ ਜਵਾਨੀ ਦਾ ਤਜਰਬਾ ਉੱਠ ਕੇ ਪਿੜਿਆ ਲੇਕਿਨ ਜਾਫੀ ਵੀ ਗੁੱਜਰ ਤੇ ਸਾਰੇ ਵੀ ਗੁੱਜਰ ਜੀ ਜਨਾ ਜੀ ਸਾਜਤ ਗੁੱਜਰ ਦੇ ਪਕੜਨ ਦੀ ਬਲਾਲ ਮੋਸਨ ਢਿੱਲੋਂ ਛੋਟੀ ਜਿਹੀ ਉਮਰ ਚ ਇਸ ਨੌਜਵਾਨ ਨੇ ਮਿਹਨਤ ਦੇ ਬਲ ਬੋਤੇ ਦੇ ਉੱਤੇ ਪੂਰੇ ਪਾਕਿਸਤਾਨ ਦੇ ਖਿਡਾਰੀਆਂ ਦੇ ਵਿੱਚ ਆਪਣਾ ਇੱਕ ਨਾਮ ਕਮਾਇਆ ਹਲਕਾ ਜਿਹਾ ਚੁੱਕਿਆ ਹੋਇਆ ਚਿੱਟੇ ਰੰਗ ਦਾ ਪਾਇਆ ਹੋਇਆ ਕੱਛਾ ਬਿੱਲੇ ਗੁੱਜਰ ਦਾ ਹੋਈ ਟੱਕਰ ਕੈਂਚੀ ਮਾਰੀ ਬਿੱਲੇ ਗੁੱਜਰ ਨੇ ਗੁੱਟ ਫੜਿਆ ਹੋਇਆ ਜੇ ਆਉਂਦਾ ਹੋਵੇ ਬੰਦਾ ਕੈਂਚੀ ਦੇ ਵਿੱਚ ਕੁੱਟਿਆ ਫਿਰ ਉਸ ਵੇਲੇ ਨਹੀਂ ਉਹ ਜਾਂਦਾ ਛੁੱਟਿਆ ਜੱਫਾ ਚੱਜ ਨਾਲ ਜੇ ਲੱਗ ਜਾਵੇ ਕੱਢ ਪੂਰੀ ਪੂਰੀ ਪੱਜ ਜਾਵੇ ਫਿਰ ਇੱਕ ਪੈਰ ਵੀ ਨਹੀਂ ਕਰਨਾ ਪੱਟਿਆ ਬਿੱਲਾ ਗੁੱਜਰ ਜ਼ਿਲ੍ਹਾ ਦੀ ਕਬੱਡੀ ਕਲੱਬ ਦਾ ਨੌਜਵਾਨ ਖਿਡਾਰੀ ਆ ਜ਼ੋਰ ਲਾਉਂਦਾ ਹੋਇਆ ਬਿੱਲਾ ਗੁੱਜਰ ਚੌਧਰੀ ਜਵੇਦ ਗੁੱਜਰ ਵੱਲੋਂ ਬਿੱਲੇ ਗੁੱਜਰ ਵਾਸਤੇ 500 ਰੁਪਈਆ ਦਾ ਨਾਮ ਕਹਿੰਦੇ ਬਰਾਦਰੀ ਆ 1000 ਰੁਪਈਆ ਜੀ ਕਹਿੰਦੇ ਗੋਤ ਤੇ ਸੱਪਾਂ ਨੂੰ ਵੀ ਪਿਆਰੀ ਹੁੰਦੀ ਆ ਜੀ ਬਿਲਕੁਲ ਜੀ ਜੀ ਉਹ ਬਿੱਲਾ ਗੁੱਜਰ ਉਧਰ ਸ਼ਕੀਲ ਜੱਟ ਲੱਗਾ ਹੋਇਆ ਅਨੀਸ ਬਿੱਲਾ ਤੇ ਸ਼ਕੀਲ ਜੱਟ ਵੀ ਬੜਾ ਤਜਰਬੇਕਾਰ ਖਿਡਾਰੀ ਆ ਅਨੀਸ ਬਿੱਲਾ ਜੀ ਉਹ ਬਿੱਲਿਆ ਅਨੀਸ ਬਿੱਲਾ ਪੁਆਇੰਟ ਅਨੀਸ ਬਿੱਲੇ ਦਾ ਪੁਆਇੰਟ ਅਨੀਸ ਬਿੱਲੇ ਦਾ ਆ ਜਾ ਚੌਧਰੀ ਜਵੇਦ ਗੁੱਜਰ ਵੱਲੋਂ ਆ ਜਾ 500 ਰੁਪਈਆ ਵੀ ਅਨੀਸ ਬਿੱਲਾ ਆ ਜਾ ਗੁੱਜਰ ਨਾਲ ਛੱਟੇ ਮਾਰਦੇ ਪਏ ਨੇ ਨੋਟਾਂ ਦੇ ਆ ਜਾਵੇ ਐਵੇਂ ਨਹੀਂ ਰਸੀ ਪੋ ਲਾਲ ਗੁੱਜਰਾਂ ਦੀ ਗਾਣੇ ਗਾਦੀ ਚੱਲ ਜਾਣਾ ਜੀ ਉਹ ਮੁਰਤਜ਼ਾ ਬਾਲਾ ਮੁਰਤਜ਼ਾ ਬਾਲਾ ਨੇ ਗੁੱਟ ਫੜਨ ਦੀ ਕੋਸ਼ਿਸ਼ ਰਾਣਾ ਆਤੀ ਤੇ ਮੁਰਤਜ਼ਾ ਬਾਲਾ ਚੌਧਰੀ ਜਵੇਦ ਗੁੱਜਰ ਚੌਧਰੀ ਨੀਲਾ ਗੁੱਜਰ ਚੌਧਰੀ ਅਲੀ ਅਕਬਰ ਗੁੱਜਰ ਚੌਧਰੀ ਤਾਰਕ ਜਵੇਦ ਗੁੱਜਰ ਉਹਨਾਂ ਵੱਲੋਂ ਨੋਟਾਂ ਦੀ ਬਰਸਾਤ ਕੀਤੀ ਜਾ ਰਹੀ ਹੈ ਬੜੀ ਮਿਹਰਬਾਨੀ ਔਰ ਅਗਲੀ ਕਬੱਡੀ ਅਸਲੇ ਸਾਜਦ ਅਨਸਾਰ ਗੁੱਜਰ ਡਕਰਨ ਦੀ ਪੂਰੀ ਕੋਸ਼ਿਸ਼ ਕਰਦਾ ਆ ਔਰ ਨਾਲ ਹੀ ਵੇਖਿਆ ਜਨਾ ਇਹ ਉਸਮਾਨ ਕਾਲਾ ਜਨਾ ਪੂਰੀ ਕੋਸ਼ਿਸ਼ ਕਰਦਾ ਆ ਸਾਜਾ ਗੁੱਜਰ ਔਰ ਉਸਮਾਨ ਕਾਲਾ ਵੇਖੀ ਜਾਂਦੀ ਬੰਦਾ ਆਉਣ ਆ ਗਿਆ ਜੀ ਉਸਮਾਨ ਅਸਰ ਦਾ ਉਸਮਾਨ ਇਧਰ ਆ ਉਸਮਾਨ ਤੋਂ ਪਿਛਲਾ ਪੁਆਇੰਟ ਵੀ ਸ਼ਕੀਲ ਤੋਂ ਬੜਾ ਤਗੜਾ ਲਿਆ ਇਹ ਚੌਧਰੀ ਜਵੇਦ ਗੁੱਜਰ ਸਾਹਿਬ ਕਿਸੇ ਪਲੇਅਰ ਦਾ ਆਖਰੀ ਰੱਖਦੇ ਜਿਹੜਾ ਤਗੜਾ ਖੇਡ ਰਿਹਾ ਉਹਨੂੰ ਨਾਮਾਂ ਦੀ ਬਾਰਿਸ਼ ਮਿਲ ਰਹੀ ਹੈ ਹੋ ਰਹੀ ਹੈ ਲੋਕ ਕਬੱਡਰ ਜਨਾਬ ਸ਼ਾਹਰਾਮ ਸਾਜਦ ਭੱਟ
ਛੱਡੋ ਗੱਲ ਸੋਹਣਿਆ ਮੁੰਡਾ ਮਲਕਾਂ ਦਾ ਵਾਹ ਜੀ ਵਾਹ ਇੱਧਰ ਵੇਖੀ ਜਾਂਦੀ ਬਣਦਾ ਕੀ ਹੈ ਇਹ ਲਓ ਜੀ ਚੱਲ ਵੀ ਸ਼ਰਾਮ ਸਾਜਨ ਪੱਟੋ ਖਿਡਾਰੀਆਂ ਨੂੰ ਖਿਤਾਬ ਮਿਲੇ ਆ ਕਿਸੇ ਨੂੰ ਵਰਲਡ ਕੱਪ
ਕਿਸੇ ਨੂੰ ਇਸ ਸਟੇਡੀਅਮ ਦੇ ਵਿੱਚ ਦਿੱਤੇ, ਕਿਸੇ ਨੂੰ ਮਹਿਲਾ ਮੰਡੀ ਦੇ ਦਿੱਤੇ। ਅੱਲਾਹ ਦਾ ਸ਼ੁਕਰ ਆ ਕਿ ਸਾਰੇ ਇਹ ਮੇਰੀ ਰਿਕਮੈਂਡੇਸ਼ਨ ਦੇ ਉੱਤੇ ਸਭ ਨੂੰ ਮਿਲੇ, ਕਿਸੇ ਨੂੰ ਪ੍ਰਿੰਸ ਆਫ ਪਾਕਿਸਤਾਨ ਵੀ। ਚਾਹਨਾ ਚਾਹਨਾ ਆਏ ਗੁੱਥਮ ਗੁੱਥਾ ਹੋ ਗਿਆ ਦੋਨੋਂ ਤੇ ਵੱਜ ਗਿਆ ਲਲਕਾਰਾ ਆਏ ਜੀ ਜਵਾਨਾ ਜੀ ਅਸ਼ਫਾਕ ਸ਼ੱਕ ਜੱਟ ਆਏ ਬੁੱਢਾ ਏ ਜੱਟਾ ਦਾ ਆਏ ਪੋਤੇ ਜੱਟ ਦਾ ਤੇ ਜਾਂਦਾ ਹੀ ਮੈਦਾਨ ਵਿੱਚ ਧੂੜਾ ਪੱਟਦਾ ਢਿੱਲੋਂ ਦੀ ਪਈ ਹੋਈ ਕਬੱਡੀ ਹਲਕਾ ਜਾ ਚੁੱਕਿਆ ਬਿੱਲਾ ਗੁੱਜਰ ਕਾਮਯਾਬ ਹੋ ਗਿਆ ਜਨਾਬ ਖਾਜਾ ਮੁਹੰਮਦ ਇਸਲਾਮ ਸਾਹਿਬ ਕਬੱਡੀ ਦਾ ਪੂਰਾ ਨਜ਼ਾਰਾ ਮਾਰ ਰਹੇ ਨੇ ਔਰ ਜਨਾਬ ਚੌਧਰੀ ਮਹਿਬੂਬ ਆਲਮ ਸੰਧੂ ਸਾਹਿਬ ਇੱਧਰ ਕਬੱਡਰ ਜਨਾਬ ਅਨੀਸ ਬਿੱਲਾ ਇੱਕ ਬੰਦੇ ਸਾਜਾ ਗੁਜਰੇ ਔਰ ਨਾਲ ਮਲਕ ਰਾਸ਼ਦ ਮਤਲੂਬ ਅਲੀ ਮਤਲੂਬਾ ਔਰ ਵਿੱਚ ਨਾਲ ਇੱਕ ਕੰਨੀ ਤੇ ਖੜਾ ਹੋਇਆ ਨੌਜਵਾਨ ਚਾਨਾ ਸਿਆਲ ਮਲਕ ਰਾਸ਼ਦ ਦੇ ਨਾਲ ਪੂਰਾ ਟਾਕਰਾ ਹੋਇਆ ਵੇਖਾਂਗੇ ਬਣੇਗਾ ਕੀ ਪਰ ਇਹ ਲਓ ਬਿਲਕੁਲ ਹੰਦੇ ਲਾਗੇ ਹੁੰਦੇ ਹੋਏ ਅਨੀਸ ਬਿੱਲਾ ਇੱਕ ਪੁਆਇੰਟ ਦਸਵੇਂ ਤੋਂ ਗਿਆਰਵਾਂ ਕਰਦਾ ਹੋਇਆ ਗਿਆਰਾਂ ਪੁਆਇੰਟ ਹੋ ਗਏ ਔਰ ਇਸ ਵੇਲੇ ਅਗਲੀ ਕਬੱਡੀ ਬਾਰੇ ਨੌਜਵਾਨ ਇਹ ਆਓ ਵੇਖੋ ਬਿੱਲੇ ਨੂੰ ਟੱਚ ਹੋਇਆ ਬਾਬਾ ਮੁੱਦਾ ਵਾਲਾ ਨੇ ਵੀ ਕੋਸ਼ਿਸ਼ ਕੀਤੀ ਹੈ ਲੇਕਿਨ ਗੱਲ ਨਹੀਂ ਬਣੀ ਔਰ ਸਾਡੇ ਆਏ ਹੋਏ ਵੀਰਾਂ ਦਾ ਸਭ ਵੀਰਾਂ ਦਾ ਸ਼ੁਕਰੀਆ ਆਦੀ ਨੇ ਪਿਛਲਾ ਪੁਆਇੰਟ ਕਲੀਅਰ ਕੀਤਾ ਹੈ ਉਸਮਾਨ ਮਾਨੀ ਗੁੱਜਰ ਸਜਾਦ ਗੁੱਜਰ ਦਾ ਛੋਟਾ ਭਾਈ ਸ਼ਬਾਸ ਗੁੱਜਰ ਔਰ ਇਹ ਤੀਸਰੇ ਨੰਬਰ ਤੇ ਮਾਨੀ ਗੁੱਜਰ ਔਰ ਮਤਲੂਬ ਅਲੀ ਮਤਲੂਬਾ ਇੱਕ ਨੰਬਰ ਹੋਰ ਕਿ ਪਾਕ ਪਹੁੰਚ ਦੇ ਜੁੱਸਿਆਂ ਵਿੱਚ ਵੇਖੋ ਅੱਲਾਹ ਪਾਕ ਨੇ ਕਿੰਨਾ ਕੁ ਨੂਰ ਪਾਇਆ ਆਪਣੇ ਦੇਸ਼ ਦੇ ਲਈ ਸ਼ਹੀਦ ਹੁੰਦੇ ਇਮਾਨੀ ਜਜ਼ਬਾ ਮੇਰੇ ਹਜ਼ੂਰ ਪਾਇਆ ਜਿਹੜਾ ਟਿਲ ਪਲੇਅਰ ਨੂੰ ਚਾਹੀਦਾ ਹੈ ਉਹ ਟਿਲ ਖੁਦਾ ਜ਼ਰੂਰ ਪਾਇਆ ਇੰਜ ਪਾਂਦੇ ਮੁਕਾਲਫ ਨੂੰ ਹੱਥ ਸਾਗੀ ਜਿਵੇਂ ਕਿਸੇ ਲਵਾਰ ਜ਼ਬੂਰ ਪਾਇਆ ਲੋਕ ਮਾਨੀ ਬਾਈ ਜਿਹੜਾ ਸਟੇਜ ਲਾਉਣਗੇ ਔਰ ਆਪਣਾ ਇਨਾਮ ਵਸੂਲ ਕਰਨਗੇ ਚੌਧਰੀ ਜਵੇਦ ਗੁਜਰ ਸਾਹਿਬ ਨੀਲਾ ਗੁਜਰ ਸਾਹਿਬ ਅਲੀ ਅਕਬਰ ਗੁਜਰ ਚੇਅਰਮੈਨ ਫਰੂਖ ਗੁਜਰ ਸਾਹਿਬ ਐਡਵੋਕੇਟ ਅਤਾਰਕ ਗੁਜਰ ਐਡਵੋਕੇਟ ਡਾਕਟਰ ਕਾਸ਼ਿਫ ਅਸਲਮ ਸਾਹਿਬ ਮੁੰਡਾ ਮਲਕਾ ਦਾ ਹਰ ਪਲੇਅਰ ਦੀ ਭਰਪੂਰ ਹੌਸਲਾ ਅਫਜ਼ਾਈ ਅਲੀ ਕਸਾਈ ਫਿਰ ਕਬੱਡੀ ਦੇ ਉੱਪਰ ਅਬਾਸ ਕਸਾਈ ਦਾ ਛੋਟਾ ਭਾਈ ਚਾਲੀ ਚੱਕ ਦੀ ਧਰਤੀ ਝਾਨਾ ਸਿਆਲ ਕਹਿੰਦੇ ਗੁਜਰਾਂ ਵਾਲੇ ਜਿਹੜਾ ਸਟੇਡੀਅਮ ਬਣਾਇਆ ਜਨਾਬ ਜਨਰਲ ਅਬਦੁੱਲਾ ਡੋਗਰ ਸਾਹਿਬ ਨੇ ਇਸ ਨੌਜਵਾਨ ਦੇ ਨਾਂ ਦੇ ਨਾਲ ਇਹ ਮਹਿਸੂਸ ਕੀਤਾ ਕਿ ਝਾਨਾ ਸਿਆਲ ਸਮਰਾਨ ਸਿਆਲ 232 ਵਾਲਾ ਉਹਦੇ ਨਾਂ ਦੇ ਕਬੱਡੀ ਸਟੇਡੀਅਮ ਬਣਾਇਆ ਗਿਆ ਪਾਕ ਆਰਮੀ ਦੇ ਇਸ ਨੌਜਵਾਨ ਨੇ ਆਪਣੇ ਨਾਂ ਦੇ ਉਸ ਸਟੇਡੀਅਮ ਦਾ ਨਾਂ ਰਖਵਾਇਆ ਬੜੇ ਤਗੜੇ ਜੱਪੇ ਲਾ ਕੇ ਔਰ ਇੱਕ ਪੁਆਇੰਟ ਹੋਰ ਜੋ ਹੈ ਇਸ ਲਈ ਕਿਹੜੇ ਕਲੱਬ ਨੂੰ ਮਿਲਿਆ ਢਿੱਲੂ ਕਬੱਡੀ ਕਲੱਬ ਨੂੰ ਕਬੱਡੀ ਪਾਵੇਗਾ ਲਾਲਾ ਅਬੈਦੁੱਲਾ ਕੰਬੋ ਸਰਦਾਰ ਯਾਸਰ ਡੋਗਰ ਸਾਹਿਬ ਇਸ ਵੇਲੇ ਕਬੱਡੀ ਨੂੰ ਇੰਜੋਏ ਕਰਦੇ ਹੋਏ ਪੂਰਾ ਨਜ਼ਾਰਾ ਮਾਰਦੇ ਹੋਏ ਉਹਨਾਂ ਦੇ ਸਾਥ ਤੇ ਕਬੱਡੀ ਪਈ ਹੈ ਔਰ ਨਾਲ ਹੀ ਰਾਣਾ ਆਸਮ ਸਾਹਿਬ ਰਾਜਾ ਵਿਸ਼ਾਲ ਸਾਹਿਬ ਲੋ ਲਾਗੋ ਲੱਗਿਆ ਮੁੰਡਾ ਕੋਸ਼ਿਸ਼ ਕਰਦਾ ਹੋਇਆ ਲੋ ਜਨਾਬ ਆਪਣਾ ਛਾਨੇ ਸਿਆਲ ਦਾ ਬੜੇ ਤਗੜੇ ਜੱਪੇ ਦੇ ਖੁਸ਼ ਹੋ ਕੇ ਚੌਧਰੀ ਜਵੇਦ ਗੁਜਰ ਸਾਹਿਬ ਵੱਲੋਂ ਫਿਰ ਇਨਾਮ ਜਨਾਬ ਸਰਦਾਰ ਸਾਹਿਬ ਗੁਜਰ ਸਾਹਿਬ ਸਾਡੇ ਯੂਕੇ ਵਾਲੇ ਸਾਡੇ ਵੀਰ ਉਹ ਵੀ ਤਸ਼ਰੀਫ ਲੈ ਰਹੇ ਜੀ ਆਇਆਂ ਨੂੰ ਅੱਛੇ ਪ੍ਰਮੋਟਰ ਨੇ ਕਬੱਡੀ ਦੇ ਕਬੱਡਰ ਦਾ ਨਾਂ ਜਨਾਬ ਅਬਦੁਲ ਹਨਾਨ ਨਾਨੋ ਗੁੱਜਰ ਅਮੀਰ ਗੁੱਜਰ ਦਾ ਪੁੱਤਰ ਹੈ ਚੱਕ ਨੰਬਰ 41 ਹਾਂਜੀ ਵਾਹ ਪਰਵੇਜ਼ ਅਖਤਰ ਸਾਹਿਬ ਜਾਪੀ ਦਾ ਪੁਆਇੰਟ ਜਨਾਬ ਇਸ ਵੇਲੇ ਪੁਆਇੰਟ ਇਹ ਵੀ ਮਿਲਿਆ ਢਿੱਲੋਂ ਕਬੱਡੀ ਕਲੱਬ ਨੂੰ ਬਲਾਲ ਮੋਹਸਨ ਢਿੱਲੋਂ ਰਾਣਾ ਅਰਸ਼ਦ ਸਾਹਿਬ ਕਬੱਡੀ ਨੂੰ ਇੰਜੋਏ ਕਰਦੇ ਹੋਏ ਸਾਡੇ ਵੀਰ ਔਰ ਹਾਫਿਜ਼ ਸਾਗਰ ਵੜਾਏ ਸਾਹਿਬ ਸੈਯਦ ਰਾਸ਼ਦ ਹੁਸੈਨ ਸ਼ਾਹ ਸਾਹਿਬ ਅਮਰੀਕਾ ਵਾਲੇ ਚੌਧਰੀ ਯੂਨਸ ਗੁੱਜਰ ਸਾਹਿਬ ਜਾਪੀ ਦਾ ਨਾਂ ਕੀ ਹੈ ਸਦਕੇ ਵੇਖਣਾ ਪੈਣਾ ਪੁਆਇੰਟ ਬਲਾਲ ਮੋਹਸਨ ਢਿੱਲੋਂ ਦਾ ਜੀ ਬੜਾ ਸੋਹਣਾ ਬਾਲ ਕੱਢਿਆ ਔਰ ਅਗਲੀ ਕਬੱਡੀ ਫਿਰ ਵੇਖਾਂਗੇ ਨੌਜਵਾਨ ਅਨੀਸ ਬਿੱਲੇ ਦੀ ਪਈ ਹੋਈ ਰੇਡ ਜੀ ਅਨੀਸ ਬਿੱਲਾ ਚੱਲ ਸੁਣਿਆ ਪਾਕਿ ਇਸ ਵੇਲੇ ਸਾਡੇ ਪ੍ਰੋਫੈਸਰ ਪ੍ਰਵੇਸ਼ ਸਾਹਿਬ ਔਰ ਅਨੀਸ ਬਿੱਲਾ ਇੱਕ ਬੰਦੇ ਵੇਖ ਰਿਹਾ ਕਿ ਨੌਜਵਾਨ ਦਾ ਨਾਂ ਹੈ ਸ਼ਕੀਲ ਜੱਟ ਔਰ ਨਾਲ ਹੀ ਸਾਜਾ ਗੁਜਰ ਲੱਗਾ ਅਨੀਸ ਬਿੱਲਾ ਤੇਜ਼ ਰਫ਼ਤਾਰ ਗੱਡੀ ਔਰ ਕਲੀਅਰ ਕੀਤਾ ਇੱਕ ਨੰਬਰ ਹੋਰ ਲਓ ਰਾਣਾ ਆਤਮ ਜਿਹੜਾ ਪਿਛਲੇ 2-3 ਮਹੀਨੇ ਬੜਾ ਅੱਛਾ ਪਰਫਾਰਮ ਕਰ ਕੀਤਾ ਨੇ ਔਰ ਹੁਣ ਲੱਗਾ ਜੀ ਇਹ ਜਾਪੀ ਨੂੰ ਲਾ ਕੇ ਸਿੱਧਣ ਦੀ ਕੋਸ਼ਿਸ਼ ਕੀਤੀ ਅਮੀਰ ਵਾਲੇ
ਉਹਨਾਂ ਨੂੰ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ ਅਮੀਰ ਜੱਟ ਨੂੰ ਪਰ ਗੱਲ ਨਹੀਂ ਬਣੀ ਲਓ ਫਿਰ ਕਬੱਡੀ ਵੇਖਾਂਗੇ ਨੌਜਵਾਨ ਦੀ ਐਸਰੇ ਅੱਗੇ ਵੱਧ ਕੇ ਕਬੱਡੀ ਮਾਰਿਆ ਨੌਜਵਾਨ ਇਹ ਵੇਖੀ ਜਾਂਦੀ ਉਸਮਾਨ ਮਾਨੀ ਗੁੱਜਰ ਚੱਲ ਸੁਣਿਆ ਮਾਨੀ ਗੁੱਜਰ ਦੀ ਅੱਜ ਫੈਸਲਾਬਾਦ ਦੀ ਇਸ ਧਰਤੀ ਦੇ ਉੱਤੇ ਲਗਾਇਆ ਮੇਲਾ ਤੀਸਰਾ ਲਾਇਕਪੁਰ ਗੋਲਡ ਕੱਪ ਕਬੱਡੀ ਟੂਰ ਸ਼ਕੀਲ ਜੱਟ ਦਾ ਬੜਾ ਤਗੜਾ ਜੱਪਾ ਔਰ ਪੁਆਇੰਟ ਇਹ ਵੀ ਢਿੱਲੋਂ ਕਬੱਡੀ ਕਲੱਬ ਦੇ ਹਿੱਸੇ ਦੂਸਰੇ ਸੈਮੀ ਫਾਈਨਲ ਦਾ ਖੇਡ ਪਹਿਲਾ ਹਾਫ ਜਾਰੀ ਔਰ ਸਾਡੇ ਆਏ ਹੋਏ ਮਹਿਮਾਨੇ ਮੌਜੂਦ ਸਭ ਵੀਰਾਂ ਦਾ ਸ਼ੁਕਰੀਆ ਮਿਹਰਬਾਨੀ ਰਾਣਾ ਲੋਕਾਂ ਜੀ ਤੁਹਾਡਾ ਵੀ ਸ਼ੁਕਰੀਆ ਕਮੰਡਰ ਫਿਰ ਜੀ ਅਗਲੀ ਰੇਡ ਦੇ ਉੱਪਰ ਜੋ ਗਿਆ ਹੋਇਆ ਨੌਜਵਾਨ ਇਸ ਵੇਲੇ ਇਹ ਅੱਗੇ ਵੱਧ ਕੇ ਸ਼ਰਾਮ ਸਾਜਤ ਪੱਟੋ ਦੇਖੋਗੇ ਕਿੰਨਾ ਟੱਕਰ ਹੁੰਦੀ ਹੈ ਇਹ ਲੰਮੀ ਪੋਰੀ ਦੇ ਸਿੱਧਿਆਂ ਮੋਢਿਆਂ ਦੇ ਹਿੱਕਾ ਤਾੜ ਕੇ ਸ਼ੇਰ ਜਵਾਨ ਨਿਕਲੇ ਜਿਹਨੂੰ ਆਪਣੇ ਡੰਡਾ ਤੇ ਮਾਰ ਹੋਵੇ ਪਾ ਕੇ ਜਾਂਗੀਆਂ ਵਿੱਚ ਮੈਦਾਨ ਨਿਕਲੇ ਕਮਾਂਡਰ ਦਾ ਨਾਂ ਇਸ ਵੇਲੇ ਸ਼ਰਾਮ ਸਾਜਤ ਪੱਟੋ ਜਾਪੀ ਦਾ ਨਾਂ ਜ਼ਫਰ ਅਲੀ ਜਿਹਦੇ ਨਾਂ ਤੇ ਮੈਂ ਅਸਚਰ ਭੋਲੇ ਦਾ ਨਾਂ ਲੈਂਦਾ ਔਰ ਉਹ ਲੈ ਗਿਆ ਪੁਆਇੰਟ ਇਹ 257 ਜਾਗੀਰ ਮੋੜ ਫੈਸਲਾ ਆਬਾਦ ਪੱਟੋ ਇੱਧਰ ਆਓ ਜੀ ਪੱਟੋ ਸਟੇਜ ਤੇ ਆ ਜਾਓ ਸਾਰਾ ਗੁੱਸਾ ਲੱਥ ਜਾਂਦਾ ਜਦੋਂ ਨਗਰ ਪਾਈਸ ਹੋ ਗਿਆ ਇੱਧਰ ਆਓ ਜੀ ਇੱਧਰ ਪੱਟੋ ਜੀ ਇੱਧਰ ਬਈ ਵਾਹ ਵਾਹ ਇੱਧਰਲੇ ਪਾਸੇ ਅਲੀ ਕਸਾਈ ਕਬੱਡੀ ਦੇ ਅਗਲੇ ਮਾਰੇ ਦੇ ਉੱਪਰ ਨੌਜਵਾਨ ਪੁੱਜੇ ਆ ਸਾਡੇ ਬੜੀ ਬੜੀ ਦੂਰ ਤੋਂ ਆਏ ਹੋਏ ਵੀਰ ਸ਼ੁਕਰੀਆ ਅਦਾ ਕਰ ਰਹੇ ਆ ਆਪਣੇ ਵੀਰਾਂ ਦਾ ਜਨਾਬ ਚੌਰੀ ਜਵੇਦ ਗੁੱਜਰ ਸਾਹਿਬ ਨੀਲਾ ਗੁੱਜਰ ਚੇਅਰਮੈਨ ਅਲੀ ਅਕਬਰ ਗੁੱਜਰ ਚੇਅਰਮੈਨ ਔਰ ਨਾਲ ਹੀ ਮੈਂ ਵੇਖ ਰਿਹਾ ਕਿ ਹੁਣ ਜਨਾਬ ਤਾਰਕ ਜਵੇਦ ਗੁੱਜਰ ਆ ਜਾਓਗੇ ਜਨਾਬ ਡਾਕਟਰ ਕਾਸ਼ਰ ਅਸਲਮ ਮੁੰਡਾ ਮਲਕਾ ਦਾ ਉਹਨਾਂ ਵੱਲੋਂ ਕੱਲ੍ਹ ਜੇਤੂ ਟੀਮ ਨੂੰ ਇਹ 50,000 ਰੁਪਈਆ ਦਿੱਤਾ ਜਾਵੇਗਾ 25,000 ਰੁਪਈਆ ਰਨਰ ਅਪ ਟੀਮ ਨੂੰ ਔਰ ਇਸ ਵੇਲੇ ਵੇਖਿਆ ਜਾਂਦਾ ਕਿ ਬਣੇਗਾ ਕੀ ਬਲਾਲ ਮੋਸਨ ਢਿੱਲੋਂ ਬਈ ਜਾਪੀ ਚੰਗਾ ਡਾਢਾ ਇਮਤਿਆਜ਼ ਆਲਮ ਦਾ ਸ਼ਹੀਦ ਦਾ ਮੁੰਡਾ ਬੜਾ ਤਗੜਾ ਜੱਪੇ ਲਾਉਣ ਦੀ ਕਰ ਰਿਹਾ ਕੋਸ਼ਿਸ਼ ਪਰ ਗੱਲ ਨਹੀਂ ਬਣੀ ਬਲਾਲ ਮੋਸਨ ਢਿੱਲੋਂ ਉਧਰਲੇ ਪਾਸੇ ਇਹ ਸ਼ਬਾਦ ਅਲੀ ਪਦੇਸ਼ਾ ਫਰਿਆਦ ਅਲੀ ਜੱਟ ਸ਼ਹਜ਼ਾਦ ਅਲੀ ਢਿੱਲੋਂ ਔਰ ਸੁਨੀਕ ਭੱਟ ਆਮਰ ਪਦੇਸ਼ਾ ਕਬੱਡੀ ਨੂੰ ਪੂਰਾ ਇੰਜੋਏ ਕਰਦੇ ਹੋਏ ਸਾਰੇ ਵੀਰ ਕਬੱਡੀ ਇਧਰਲੇ ਪਾਸੇ ਵੇਖਣੀ ਪੈਣੀ ਹੈ ਤੇ ਅਬਦੁਲਾ ਨਾਨ ਨਾਨੋ ਗੁੱਜਰ ਔਰ ਸਾਹਮਣੇ ਸ਼ਾਕਾ ਜੱਟ ਬਾ ਸੋਹਣਿਆ ਵੇਖਣਾ ਪੈਣਾ ਕਿ ਨਫੀਸ ਗੁੱਜਰ ਸਾਜਾ ਮਨਸ਼ਾ ਗੁੱਜਰ ਹਰ ਜਾਪੀ ਸਿਆਣੇ ਨੂੰ ਵੇਖਿਆ ਹੈ ਮਾਨਾ ਜੱਟ ਕਪਤਾਨ ਤੇ ਲਾਲਾ ਬੈਦੁੱਲਾ ਹਰ ਸ਼ਾਕੇ ਜੱਟ ਸਤਵਾਨੇ ਨੂੰ ਵੇਖਿਆ ਹੈ ਤਜੰਮਲ ਬਾਬਾ ਨੂੰ ਭੁੱਲਦਾ ਨਹੀਂ ਹਾਫਰ ਯਾਰ ਨਮਾਣੇ ਨੂੰ ਵੇਖਿਆ ਹੈ ਕੋਟੀ ਵੇਖਣ ਦੀ ਸਾਕੀ ਨੂੰ ਚਸ ਪੈ ਗਈ ਜਦੋਂ ਰਿਆਜ਼ ਮਿਆਣੇ ਨੂੰ ਵੇਖਿਆ ਹੈ ਜਦੋਂ ਰਿਆਜ਼ ਮਿਆਣੇ ਨੂੰ ਵੇਖਿਆ ਹੈ ਹਾਜੀ ਅਹਿਮਦੀਨ ਸਾਹਿਬ ਬੜਾ ਲਾਡਲਾ ਸ਼ਹੀਦ ਰਿਆਜ਼ ਮਿਆਣੇ ਦੇ ਸਟੇਜ ਦੇ ਉੱਪਰ ਸ਼ੇਰੇ ਪਾਕਿਸਤਾਨ ਅਗਲੇ ਪਾਸੇ ਰਾਣਾ ਆਤਫ ਬਾਬਾ ਮੁਰਤਜ਼ਾ ਵਾਲਾ ਕੋਸ਼ਿਸ਼ ਕਰਦਾ ਆ ਢਕਣ ਦੀ ਪਰ ਵੇਖੀ ਜਾਂਦੀ ਹਜੇ ਤੱਕ ਚੱਲਦਾ ਆ ਇਹ ਮੁਕਾਬਲਾ ਰਾਣਾ ਆਤਫ ਬੜੇ ਆਰਾਮ ਦੇ ਨਾਲ ਲਾ ਕੇ ਪਰੇ ਕੀਤਾ ਔਰ ਇੱਕ ਪੁਆਇੰਟ ਰਾਣਾ ਆਤਫ ਇੱਕ ਕਰੇ ਤੂੰ ਹੀ ਆ ਰਾਣਾ ਆਤਫ ਇੱਕ ਕਰੇ ਤੂੰ ਹੀ ਆ ਯਾਰ ਚੌਰੀ ਜਵੇਦ ਗੁੱਜਰ ਸਾਹਿਬ ਉਹਨਾਂ ਨੇ ਕੱਲ ਵੀ ਬੜਾ ਵੱਡਾ ਇਨਾਮ ਦੇਣਾ ਔਰ ਕਮਾਂਡਰ ਫਿਰ ਵੇਖਣਾ ਪੈਣਾ ਐਸਰੇ ਨੌਜਵਾਨ ਇਹ ਅਨੀਸ ਬਿੱਲਾ ਮਲਕ ਰਾਸ਼ਦ ਬਈ ਵਾਹ ਵਾਹ ਮਲਕ ਰਾਸ਼ਦ ਤੇ ਅਨੀਸ ਬਿੱਲੇ ਦਾ ਮੁਕਾਬਲਾ ਸਖਤ ਹੈ ਮਲਕ ਰਾਸ਼ਦ ਕਿਸੇ ਟਾਈਮ ਵੀ ਕੁਝ ਕਰ ਸਕਦਾ ਹੈ ਕਿਸੇ ਟਾਈਮ ਕੁਝ ਵੀ ਹੋ ਸਕਦਾ ਹੈ ਪਰ ਪੁਆਇੰਟ ਕਮਾਂਡਰ ਦੇ ਹਿੱਸੇ ਸਾਡੇ ਸੋਸ਼ਲ ਮੀਡੀਆ ਇੰਟਰਨੈਸ਼ਨਲ ਕਬੱਡੀ ਕਲੱਬ ਔਰ ਬਾਬਰ ਗੁੱਜਰ ਔਲ ਮੈਮਰੀ ਔਰ ਕਬੱਡੀ ਦਾ ਇਸ਼ਕ ਪੇਜ ਵਾਲੇ ਸਾਡੇ ਵੀਰ ਕਬੱਡੀ ਨੂੰ ਲਾਈਵ ਚਲਾ ਰਹੇ ਨੇ ਅੱਜ ਵੀ ਆਪਣੀਆਂ ਕੋਸ਼ਿਸ਼ਾਂ ਦੇ ਨਾਲ ਬੜੀ ਮਿਹਰਬਾਨੀ ਰਾਜਾ ਬਸ਼ਾਰਤ ਅਲੀ ਜੀ ਕੁਵੈਤ ਵਾਲੇ ਲਓ ਕਮਾਂਡਰ ਫਿਰ ਜੀ ਬਲਾਲ ਮੋਸਨ ਢਿੱਲੋਂ ਉਹ ਬਹਿਰਿਆ ਰੱਬਾ ਕੀ ਬਣ ਜਾਣਾ ਤੁਹਾਡੇ ਨਾਲ ਉਧਰਲੇ ਪਾਸੇ ਪ੍ਰੈਸ਼ਰ ਪ੍ਰੈਸ਼ਰ ਲਓ ਜਨਾਬ ਫਿਰ ਇੱਕ ਵਾਰੀ ਆਪਣਾ ਗਰਾਊਂਡ ਦੇ ਨਾਲ ਜੁੜਨੇ ਆ ਕਮਾਂਡਰ ਦਾ ਨਾਂ ਅਲੀ ਕਸਾਈ ਔਰ ਸਾਹਮਣੇ ਮਕਲੂਬ ਅਲੀ ਮਕਲੂਬ ਹੈ ਨਾਲ ਹੀ ਬੜਾ ਕਹਿੰਦੇ ਕਹਿਰ ਬਣ ਜਾਪੀ ਬਣ ਕੇ ਸਾਹਮਣੇ ਆਉਣ ਵਾਲਾ ਸਾਜਦ ਅਨਸਾਰ ਗੁੱਜਰ ਸਰਦਾਰ ਸ਼ੈਬ ਗੁੱਜਰ ਸਾਹਿਬ ਨੇ ਇਸ ਨੌਜਵਾਨ ਦਾ ਨਾਂ ਕਲੋਜ਼ ਫਾਈਟਰ ਰੱਖਿਆ ਸਾਡੇ ਯੂਕੇ ਵਾਲੇ ਵੀਰ ਲਓ ਵੇਖਣਾ ਆਏ ਹਾਏ ਬਾਈ ਵਾਹ ਸਾਜਦ ਅਨਸਾਰ ਗੁੱਜਰ ਅਲੀ
ਸਾਈ ਲੰਘ ਜਾ ਜਿੱਧਰੋਂ ਮਰਜ਼ੀ ਲੰਘ ਜਾ ਪਰ ਲੰਘਣਾ ਬਾਹਰੋਂ ਬਾਹਰ ਹੀ ਵਾਹ ਜੀ ਵਾਹ ਬਾਈ ਕੱਲ ਇੱਧਰ ਆਓ ਜੀ ਇੱਧਰ ਆਓ ਸਾਜਾ ਨੂੰ ਸਰ ਗੁਜਰ ਜੀ ਇੱਧਰ ਆਓ ਵਾਹ ਜੀ ਵਾਹ ਗੁਜਰਾਂ ਦੇ ਪੈਸੇ ਗੁਜਰਾਂ ਨੂੰ ਘਰ ਦੇ ਘਰ ਜਾਣਗੇ ਇਨਸ਼ਾਅੱਲਾ ਕੋਈ ਟੈਨਸ਼ਨ ਨਹੀਂ ਇੱਧਰ ਪਾਸੇ ਵੇਖਣਾ ਓਏ ਹੋਏ ਬਲਾਲ ਮੋਹਸਨ ਢਿੱਲੋਂ ਹਾਂ ਜੀ ਬਲਾਲ ਮੋਹਸਨ ਢਿੱਲੋਂ ਚੌਰੀ ਜਵੇਦ ਗੁਜਰ ਸਾਹਿਬ ਚੌਰੀ ਨੀਲਾ ਗੁਜਰ ਚੇਅਰਮੈਨ ਚੌਰੀ ਗੁਜਰ ਔਰ ਤਾਰਕ ਜਵੇਦ ਗੁਜਰ ਐਡਵੋਕੇਟ ਡਾਕਟਰ ਕਾਸ਼ਮ ਅਸਲਮ ਮੁੰਡਾ ਮਲਕਾਂ ਦਾ ਜੀਨੀ ਨੇ ਬੜੀ ਕੋਸ਼ਿਸ਼ ਕੀਤੀ ਔਰ ਪੁਆਇੰਟ ਬਲਾਲ ਮੋਹਸਨ ਢਿੱਲੋਂ ਦੇ ਹਿੱਸੇ 16 ਪੁਆਇੰਟ ਨੇ ਇਸ ਹਰ ਕਬੱਡੀ ਕਲੱਬ ਦੇ 30 ਪੁਆਇੰਟ ਹੋ ਗਏ ਨੇ ਕਿਹਦੇ ਵੱਲੋਂ ਹੋਲੇ ਢਿੱਲੋਂ ਕਬੱਡੀ ਕਲੱਬ ਤਾਰਾ ਗੁਜਰ ਪਾਕਿਸਤਾਨ ਦਾ ਸਿਆਣਾ ਕਬੱਡੀ ਆਪਣੇ ਸਮਿਆਂ ਦਾ ਬੜਾ ਹੀਰਾ ਪਲੇਅਰ ਐਸੇ ਉਹ ਕਬੱਡੀ ਨੂੰ ਇੰਜੋਏ ਕਰ ਰਿਹਾ ਹੈ ਲਓ ਸਾਹਮਣੇ ਫਿਰ ਇੱਕ ਵਾਰੀ ਚੜ੍ਹਦੇ ਪਾਸੇ ਮਲਕ ਰਾਸ਼ਦ ਜਿਹੜਾ ਬੜੇ ਬੜੇ ਤਗੜਿਆਂ ਦੀਆਂ ਲੱਤਾਂ ਫੜ ਲੈਂਦਾ ਬੜੇ ਬੜੇ ਤਗੜੇ ਝੂਲ ਲਾ ਲੈਂਦਾ ਹੈ ਐਸੇ ਰਾਸ਼ਦ ਜੱਟ ਔਰ ਸਟ੍ਰੀਕ ਬੱਟ ਇਸ ਜੱਪੇ ਦੇ ਉੱਪਰ ਕੁਝ ਕਮੈਂਟ ਕਰ ਰਹੇ ਨੇ ਲਓ ਸਾਹਮਣੇ ਵੇਖਣਾ ਪੈਣਾ ਇੱਧਰਲੇ ਪਾਸੇ ਕੌਣ ਕਬੱਡੀ ਦੇ ਵਾਸਤੇ ਅੱਗੇ ਵੱਧ ਰਿਹਾ ਹੈ ਇਹ ਹੈ ਸ਼ਾਨਾਮ ਸਾਜਦ ਭੱਟੋ ਬੜਾ ਤਗੜਾ ਰੇਡਰ ਬੜਾ ਸੋਹਣਾ ਰੇਡਰ ਬੜੀਆਂ ਸੋਹਣੀਆਂ ਕਬੱਡੀਆਂ ਪਾਉਣ ਵਾਲਾ ਇਹ ਗੱਭਰੂ ਵੇਖੀ ਜਾਂਦੀ ਬਣਦਾ ਕੀ ਹੈ ਚੱਲ ਸੋਹਣਿਆ ਸਾਡੀ ਗੱਲ ਜੀ ਉਦੋਂ ਇਹ ਸਮਝ ਆਉਣੀ ਜਿਸ ਵੇਲੇ ਜਨਾਬ ਦਾ ਗੌਰ ਹੋਣਾ ਜਦੋਂ ਮੰਚ ਵੱਲੋਂ ਸਾਡੀ ਚੁੱਪ ਹੋ ਗਈ ਉਦੋਂ ਸਾਰੇ ਜਹਾਨ ਤੇ ਸ਼ੋਰ ਹੋਣਾ ਪਤਾ ਹੋ ਗਈ ਜਦੋਂ ਖਿਡਾਰੀਆਂ ਨੇ ਉਦੋਂ ਸ਼ੇਰ ਦਾ ਢੋਲ ਤੇ ਜ਼ੋਰ ਹੋਣਾ ਜਦੋਂ ਹੋਏ ਜਦੋਂ ਮਾਇਕ ਤੇ ਹੋਏ ਨਾ ਹਾਫਜ਼ ਅਮਜਦ ਇਸੇ ਮਸਲਾ ਸਾਡੇ ਉਹ ਪ੍ਰਮੋਟਰ ਕਬੱਡੀ ਦੇ ਜਿਹੜੇ ਵਜਾ ਦੇਣ ਦੀ ਇੱਕ ਰੀਤ ਸਾਡੇ ਲੇਟੇ ਪੰਜਾਬ ਪਾਉਣ ਵਾਲੇ ਵਜਾ ਸੁਹਾਨ ਸਾਹਿਬ ਵਜਾ ਹਮਦ ਇਸਲਾਮ ਸਾਹਿਬ ਜਨਾਬ ਸਈ ਰਾਸ਼ਦ ਹੁਸੈਨ ਸਾਹਿਬ ਹਾਫਜ਼ ਸਾਕਬ ਰਾਈ ਸਾਹਿਬ ਅਮਰੀਕਾ ਦੇ ਨੈਸ ਸਾਹਿਬ ਵੈਲਕਮ ਚੌਦੀ ਮਸਲਾ ਔਰ ਜਨਾਬ ਸਾਡੇ ਤੁਸੀਂ ਤਫੀਕ ਜੈਨ 202 ਭਾਈਆ ਗੁੱਡੂ ਜੱਟ ਕਬੱਡੀ ਦੇ ਤਗੜੇ ਟੂਰਨਾਮੈਂਟ ਕਰਾਉਣੇ ਵਾਲੇ 202 ਭਾਈ ਵਾਲੇ ਦੀ ਧਰਤੀ ਤੇ ਔਰ ਚੌਦੀ ਮਹਿਬੂਬ ਆਲਮ ਸਿੱਧੂ ਸਾਹਿਬ ਸਾਡੇ ਪਾਕਿਸਤਾਨ ਦਾ ਸਭ ਤੋਂ ਵੱਡਾ ਟੂਰਨਾਮੈਂਟ ਕਰਾਉਣੇ ਵਾਲੇ ਸਭ ਤੋਂ ਸੱਚੇ ਸੱਚੇ ਵੱਡੇ ਪ੍ਰਮੋਟਰ ਮੋਟਰਸਾਈਕਲਾਂ ਜਿੱਥੇ 14-14 ਡੂਡ ਡੂਡ ਦਰਜਨ ਮੋਟਰਸਾਈਕਲਾਂ ਦਿੱਤੀਆਂ ਜਾਂਦੀਆਂ ਚੌਦੀ ਮਹਿਬੂਬ ਆਲਮ ਸਿੱਧੂ ਆਲਮ ਬਰਾਦਰਾਂ ਚਾਹ ਜੀ ਖੁਰਸ਼ੀਦ ਆਲਮ ਸਿੱਧੂ ਸਾਹਿਬ ਮਕਸੂਦ ਆਲਮ ਸਿੱਧੂ ਨਸੀਰ ਆਲਮ ਸਿੱਧੂ ਪੀਪੀ 67 ਦੇ ਵਿੱਚ ਇੱਕ ਸਿਆਸੀ ਸਮਾਜੀ ਸਿਰ ਕਢਵਾਣਾ ਚੌਦੀ ਮਹਿਬੂਬ ਆਲਮ ਸਿੱਧੂ ਲਓ ਜੀ ਇਸ ਵੇਲੇ ਗਰਾਊਂਡ ਦੇ ਵਿੱਚ ਮੁੰਡੇ ਨੇ ਪੂਰਾ ਕਾਬੂ ਕੀਤਾ ਹੋਇਆ ਲਾਲਾ ਵੀ ਬੱਬਰ ਚਿਹਰਾ ਜ਼ੋਰ ਪਤਾ ਲੱਗਣਾ ਜਵਾਨੀਆਂ ਦਾ ਖਾਧੀਆਂ ਖੁਰਾਕਾਂ ਤੇ ਕੀਤੀਆਂ ਕਸਰਤਾਂ ਦਾ ਪੁਆਇੰਟ ਨੇ ਅੱਜ ਕਬੂਕਾ ਸਾਹਿਬ ਕਹਿੰਦੇ ਆ ਕਲੋਜ਼ ਫਾਈਟਰ ਦੇ ਨਾਂ ਕਲੋਜ਼ ਫਾਈਟਰ ਸਾਜਦ ਨਿਸਾਰ ਗੁੱਜਰ ਸਾਚਾ 13 ਆਖਿਆ ਜਾਂਦਾ ਸਰਦਾਰ ਸ਼ਰੀਫ ਗੁੱਜਰ ਦਾ ਸੋਹਣਾ ਵੀਰ ਜਨਾਬ ਚੌਧਰੀ ਤੈਯਬ ਜੱਟ ਸਾਹਿਬ ਖਾਲਦ ਜ਼ਿਆ ਭੱਟ ਚੌਧਰੀ ਮਹਿਬੂਬ ਆਲਮ ਸਿੱਧੂ ਆਸ਼ਿਕ ਭੱਟ ਮੀਆਂ ਚੱਦ ਸਾਹਿਬ ਜ਼ਾਹਦ ਖੁਰਸ਼ੀਦ ਬੁੱਟਰ ਸਾਹਿਬ ਉਸਤਾਦ ਮਨਜ਼ੂਰ ਭੱਟ ਜੀ ਸੱਤ ਬਿਸਮਿਲਾਂ ਚੱਲ ਵੀ ਮੁੰਡਾ ਸੋਹਣਾ ਸੁਨੱਖਾ ਆਇਆ ਢਿੱਲੂਆਂ ਦਾ ਤੇ ਵੀ ਟੱਚ ਮਾਰ ਲਿਆ ਆਓ ਜਾਂਦਾ ਜੀ ਮੁੰਡਾ ਕਰਕੇ ਨੀਵੀਂ ਅੱਖ ਨਹੀਂ ਵੇਂਦਾ ਲੱਖ ਚ ਹੋਇਆ ਕੱਖ ਨਹੀਂ ਵੇਂਦਾ ਸੋਹਣਾ ਸੁਨੱਖਾ ਮੁੰਡਾ ਤੇ ਦੂਏ ਪਾਸੇ ਵੀ ਮੁੰਡਾ ਅਲੀਸ ਬਿੱਲਾ ਇਸ ਵੇਲੇ ਬਿੱਲੀਆਂ ਬਿੱਲੀਆਂ ਅੱਖਾਂ ਦੇ ਨਾਲ ਘੂਰੀਆਂ ਪਾਉਂਦਾ ਪੋਲੇ ਪੋਲੇ ਪੱਪ ਧਰਦਾ ਹੋਇਆ ਖੇਡ ਮੈਦਾਨ ਦਾ ਸ਼ਿਕਾਰ ਬਣਿਆ ਇਮਤਿਆਜ਼ ਆਲਮ ਵਰਗੇ ਮਹਾਨ ਉਸਤਾਦ ਦਾ ਸੋਹਣਾ ਸ਼ਾਗਿਰਦ ਜਿਹੋ ਜਿਹਾ ਸੁਭਾਅ ਉਸਤਾਦ ਦਾ ਬਿਲਕੁਲ ਉਹੋ ਜਿਹਾ ਆਏ ਹਾਏ ਸਦਕੇ ਜਾਵਾਂ ਜੀਓ ਬੱਬਰ ਸ਼ੇਰਾ ਅਲੀਸ ਬਿੱਲਾ ਹਵਾ ਚ ਮਾਰਦਾ ਅਡਾਰੀਆਂ ਦੇਖ ਜਰਾ ਰਾਸ਼ਦ ਮਲਕ ਦੀਆਂ ਪਕੜਾਂ ਸ਼ਬਾਸ ਬੰਦੇਸ਼ੇ ਦਾ ਸੋਹਣਾ ਸ਼ਾਗਿਰਦ ਹੈ ਪਤਾ ਲੱਗਣਾ ਜਵਾਨੀ ਦਾ ਤਾੜੀਆਂ ਮਾਰਦਾ ਜਰਾ ਕਹਿੰਦਾ ਮੈਂ ਬੁੱਲਾ ਤੇਜ਼ ਹਵਾ ਦਾ ਨਹੀਂ ਤੇਰੀ ਚੁੰਝੀ ਨਾਲ ਲਜਾਊਂਗਾ ਮੇਰੇ ਪਿੱਛੇ ਪਿੱਛੇ ਨੱਠੇਗੀ ਤੇਰੇ ਹੱਥ ਨਾਲ ਬਲੀਏ ਆਊਂਗਾ ਹਾਫਜ਼ ਸਾਕਬ ਬੜਾ ਹਿੱਸਾ ਹੈ ਜਨਾਬ ਸੈਯਦ ਰਾਸ਼ਦ ਹੁਸੈਨ ਫਰੋਮ ਯੂਕੇ ਯੂਐਸਏ ਜਨਾਬ ਨਿਆਜ਼ੀ ਸਾਹਿਬ ਰਣਾਜ਼ਮ ਖਾਨ ਸਾਹਿਬ ਖਵਾਜਾ ਹਮਦ ਇਸਲਾਮ ਸਾਹਿਬ ਖਵਾਜਾ ਸੁਭਾਨ ਸਾਹਿਬ ਔਰ ਅਮੀਰ ਸ਼ਹਿਰ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਬੱਡੀ ਐਸੋਸੀਏਸ਼ਨ ਫੈਸਲਾਬਾਦ ਖਵਾਜਾ ਮੁਹੰਮਦ ਇਸਲਾਮ ਸਾਹਿਬ ਔਰ ਇੱਕ ਸਾਡੇ ਉਹ ਪ੍ਰਮੋਟਰ ਜਿਨ੍ਹਾਂ ਦਾ ਹਮੇਸ਼ਾ ਤੋਂ ਕਬੱਡੀ ਦੇ ਨਾਲ ਹੀ ਨਹੀਂ ਸਾਰੀਆਂ ਸਪੋਰਟਸ ਦੇ ਨਾਲ ਉੱਚਾ ਸੁੱਚਾ ਹਿੱਸਾ ਰਾਏ ਹਬੀਬੁਰ ਰਹਿਮਾਨ ਪੱਟੀ ਪੱਟੀ ਏਸ਼ੀਆ ਦੇ ਸਰਗੋਦਾ ਰੋਡ ਫੈਸਲਾਬਾਦ ਸਦਰਾਲ ਪਾਕਿਸਤਾਨ ਬਾਡੀ ਬਿਲਡਿੰਗ ਐਸੋਸੀਏਸ਼ਨ ਐਂਡ ਰੱਸਾ ਕਸ਼ੀ ਮਲਕ ਰਿਫਾਕਤ ਸਾਹਿਬ ਮੁਹੰਮਦ ਅਫਜ਼ਾਲ ਸਦੀਕ ਭੱਟ ਗੁਲਾਮ ਅਬਾਸ ਭੱਟ ਔਰ ਸ਼ਬਾਜ਼ ਅਨੰਦ ਰਾਵਾ ਪੂਰਾ ਮਿੱਤਰਾਂ ਦਾ ਟੋਲਾ ਬੈਠਾ ਹੈ ਇਸ ਵੇਲੇ ਜਨਾਬ ਪੂਰਾ ਚਾ ਸਮਾਜ ਲੈਂਦੇ ਹੋਏ ਰਾਏ ਹਬੀਬੁਰ ਰਹਿਮਾਨ ਪੱਟੀ ਸਾਹਿਬ ਜਨਾਬ ਰਣਵਾਰ ਹੁਸੈਨ ਸਾਹਿਬ ਪਾਕਿਸਤਾਨ ਮੁਸਲਿਮ ਲੀਗ ਨੂੰ ਦੇ ਰਹਿਨਮਾ ਨੌਜਵਾਨ ਲੀਡਰ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹੈ ਜਨਾਬ ਚੌਧਰੀ ਜਾਵੇਦ ਗੁੱਜਰ ਸਾਹਿਬ ਜਾਵੇਦ ਗਲਵਜ਼ ਵਾਲੇ ਉਹਨਾਂ ਵੱਲੋਂ ਹਰ ਹਰ ਖਿਡਾਰੀ ਇਨਾਮ ਕੱਲ੍ਹ ਨੂੰ 50,000 ਜੇਤੂ ਟੀਮ ਲਈ ਹਰਨ ਵਾਲੀ ਟੀਮ ਲਈ 25,000 ਸਾਰੇ ਅਮਲਾ 1122 ਅਮਲਾ 1122 1122 ਵਾਲੇ ਆਇਓ ਭਾਈ ਬੜੀ ਮਿਹਰਬਾਨੀ ਸੱਚ ਮਹਿਸੂਸ ਕੀਤੀ ਹੈ ਰੱਬ ਸੋਹਣਾ ਬੁਰੀ ਨਜ਼ਰ ਤੋਂ ਬਚਾਵੇ ਇਹਨਾਂ ਨੂੰ ਔਰ ਸਾਡੇ ਝੁੰਬੜੇ ਦੀ ਕਬੱਡੀ ਦੇ ਸਾਹਮਣੇ ਔਰ ਰਾਏ ਹਬੀਬੁਰ ਰਹਿਮਾਨ ਪੱਟੀ ਸਾਹਿਬ ਇਸ ਵੇਲੇ ਚੱਸ ਲੈਂਦੇ ਹੋਏ ਚੱਲ ਵੀ ਬੱਬਰ ਸ਼ੇਰ ਦਾ ਬੋਲਿਆ ਧਾਵਾ ਬਿਲਾਲ ਮੋਹਸਨ ਢਿੱਲੋਂ ਕਹਿੰਦਾ ਜਦੋਂ ਸੱਜਦਾ ਹੈ ਕੌਡੀ ਦਾ ਮੈਦਾਨ ਤਾਂ ਫੇਰ ਲਹੂ ਵੱਧਦਾ
ਆਉਂਦੇ ਜਦ ਗੱਭਰੂ ਜਵਾਨ ਤਸੇ ਸਿਰ ਲਹੂ ਵਾਦਾ ਰਾਇਬ ਜਾਤਰੀ ਸਾਹਿਬ ਸੋਨਾ ਸਿਰੂ ਜਨਾਬ ਤੌਫੀਕ ਜੱਟ ਸਾਹਿਬ ਗੁੱਡੂ ਜੱਟ ਤੋਂ ਸੋਦੋਂ ਭਾਈਆ ਲੈ ਵੀ ਬਿਲਾਲ ਮੋਸਨ ਢਿੱਲੋਂ ਟੱਚ ਮਾਰ ਕੇ ਆਇਆ ਹਵਾ ਦੇ ਘੋੜੇ ਸਵਾਰ ਮਿਰਜੇ ਦੀ ਬੱਕੀ ਬਣਿਆ ਹੋਇਆ ਮੁੰਡਾ ਪੁਆਇੰਟ ਜੋੜਦਾ ਆ ਗਿਆ ਜੀ ਮੁੰਡਾ ਭਰਮੇ ਜੇ ਸਰੀਰ ਦਾ ਧਰਤੀ ਨੂੰ ਹੱਥ ਲਾਇਆ ਰਾਸ਼ਦ ਨਾਂ ਹੈ ਮੁੰਡੇ ਦਾ ਇਸ ਵੇਲੇ ਪੱਗਾਂ ਜਿਹਾ ਪਿੰਡਾ ਮੁੰਡੇ ਦਾ ਲਾਲ ਰੰਗ ਦੀ ਪਾਈ ਹੋਈ ਨਿੱਕਰ ਬਾਹਾਂ ਨਹੀਂ ਹੈ ਚਾਲੀ ਵਰਗੇ ਬੱਬਰ ਛੇ ਅੱਗੇ ਸ਼ਕੀਲਾ ਜੱਟ ਬੰਦੇ ਮਾਰ ਅਸ਼ਫਾਕ ਛਾਕਣ ਢਿੱਲੋਂ ਔਰ ਕਲੋਜ਼ ਫਾਈਟਰ ਸਾਜਦ ਨਿਸਾਰ ਸਾਜਾ ਗੁੱਜਰ ਸਾਜਾ ਤੇ ਆਏ ਹਾਏ ਅਸ਼ਫਾਕ ਛਾਕਣ ਬੱਬਰ ਸ਼ੇਰ ਡੱਕ ਦਾ ਘੱਟ ਹੈ ਧੋਂਦਾ ਬਹੁਤ ਹੈ ਆਏ ਹਾਏ ਭਰ ਲਿਆ ਲੱਕ ਕਹਿੰਦਾ ਅੱਖ ਲੜ ਜੇ ਤੇ ਦਿਲ ਦਿੰਦੇ ਨੇ ਲਾਡਾਂ ਦੇ ਵਿੱਚ ਢਿੱਲ ਦਿੰਦੇ ਨੇ ਦੇਸ ਪੰਜਾਬ ਦੇ ਮੁੰਡੇ ਪਾਰਸ ਗੁੱਸਾ ਚੜ ਜਾਏ ਛਿੱਲ ਦਿੰਦੇ ਨੇ ਆ ਜਾ ਵੀ ਅਸ਼ਫਾਕ ਇੱਧਰ ਆ ਜਾ ਜੋਈ ਜਾਵੇ ਗੁੱਜਰ ਸਾਹਿਬ ਜਾਵੇ ਫਿਲਮ ਵਾਲੇ ਉਹਨਾਂ ਵੱਲੋਂ ਮਾਣ ਸਤਮਾਨ ਸਤਿਕਾਰ ਮੁਹੰਮਦ ਅਸ਼ਫਾਕ ਮੁੰਡਾ ਢਿੱਲਵਾਂ ਦਾ ਪਿੰਡ 51 ਜੀਵੇ ਸਜਾਦਾ ਜਿੱਥੋਂ ਦਾ ਬਿਲਾਲ ਮੋਸਨ ਢਿੱਲੋਂ ਵੀ ਇਹਦਾ ਹੀ ਸ਼ਾਗਿਰਦ ਹੈ ਚਲੀ ਉਸ ਢਿੱਲੋਂ ਸਾਹਿਬ ਜਨਾਬ ਨੂਰ ਨਵੀ ਢਿੱਲੋਂ ਮੇਰਾ ਵੀਰਾ ਚੱਲ ਵੀ ਆਇਆ ਹੈ ਬਾਬਾ ਮੁਰਤਜ਼ਾ ਵਾਲਾ ਆਇਆ ਹੈ ਬਾਬੇ ਨੇ ਹੱਥ ਟੱਕਣ ਦੀ ਕੋਸ਼ਿਸ਼ ਕੀਤੀ ਹੈ ਪਰ ਮੁੰਡੇ ਨੇ 11 ਕੇਵੀ ਦਾ ਕਰੰਟ ਜੁੱਸੇ 'ਚ ਭਰਿਆ ਹੋਇਆ ਕਹਿੰਦਾ ਡੋਂਟ ਟੱਚ ਲਈ ਆਉ ਗਿਆ ਜੀ ਜਨਾਬ ਦੂਏ ਪਾਸੇ ਅਨੀਸ ਬਿੱਲਾ ਅਨੀਸ ਬਿੱਲੇ ਦਾ ਬੋਲਿਆ ਭਾਵਾ ਚੱਲ ਵੀ ਬੱਬਰ ਸ਼ੇਰਾ ਦੇਖਦੇ ਕਿਹਦੇ ਨਾਲ ਟੱਕਰ ਹੋਈ ਆ ਇਸ ਵੇਲੇ ਆਇਆ ਹੈ ਮਨਸ਼ਾ ਗੁੱਜਰ ਬੱਬਰ ਸ਼ੇਰ ਖਿਡਾਰੀ ਪਹਿਲੇ 64 ਕੱਪਾਂ ਦੇ ਵਿੱਚ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ ਸੱਟ ਲੱਗੀ ਹੈ ਪਿੱਛੇ ਔਰ ਰੱਬ ਸੋਹਣੇ ਦਾ ਬਹੁਤ ਸ਼ੁਕਰ ਹੈ ਕਿ ਦੁਬਾਰਾ ਮੈਦਾਨਾਂ 'ਚ ਆਇਆ ਜੀ ਵਿਕਾਸ ਵੱਟ ਦੇ ਸੱਟ ਲੱਗੀ ਅੱਲਾ ਦਾ ਬੜਾ ਅਹਿਸਾਨ ਹੈ ਕਿ ਵਿਕਾਸ ਵੱਟ ਵੀ ਦੁਬਾਰਾ ਗਰਾਊਂਡਾਂ ਦੀ ਸ਼ਾਨ ਬਣਿਆ ਨਵਾਜ਼ ਬਾਜੇ ਦੇ ਹੁਣ ਸੱਟ ਲੱਗੀ ਦੁਆ ਕਰੋ ਸਾਰੇ ਵੀਰੇ ਕਿ ਨਵਾਜ਼ ਬਾਜੇ ਨੂੰ ਵੀ ਅੱਲਾ ਤੰਦਰੁਸਤੀ ਦੇਵੇ ਸ਼ਾਦਾ ਢਿੱਲੂ ਔਰ ਬਿੱਲਾ ਗੁੱਜਰ ਪੁਆਇੰਟ ਢਿੱਲੂ ਦਾ ਸੋਹਣਾ ਪੁਆਇੰਟ ਜੋੜਦਾ ਹੋਇਆ ਚੱਲ ਵੀ ਗੁੱਜਰਾ ਕਹਿੰਦਾ ਹਰਾ ਪਾਇਆ ਤਾਂ ਚਿੱਟਾ ਚੋਇਆ ਹਰਾ ਪਾਇਆ ਤਾਂ ਚਿੱਟਾ ਚੋਇਆ ਜਿੱਤ ਵਿਆਹ ਕੇ ਛੱਡੀ ਪੁੱਤ ਗੁੱਜਰਾਂ ਦੇ ਪਿੰਡ ਵਿੱਚ ਆਏ ਖੇਡਣ ਅੱਜ ਕਬੱਡੀ ਇਹ ਸਜਾਦ ਗੁੱਜਰ ਪਾਵਰ ਗੁੱਜਰ ਦਾ ਛੋਟਾ ਵੀਰਾ ਮਾਨੀ ਗੁੱਜਰ ਦੇਖਦੇ ਕਹਿੰਦਾ ਸ਼ਕੀਲਾ ਜੱਟ ਬੰਦੇ ਮਾਰ ਭਰਿਆ ਜੱਟ ਨੇ ਲੱਕ ਅਨਿਆਸ ਕਮੋਕਾ ਸਾਹਿਬ ਦੀ ਵਿਸਲ ਫੈਸਲਾ ਕਰਦੀ ਹੈ ਕਹਿੰਦਾ ਪੁੱਤ ਦੇਖ ਜੱਟਾਂ ਦਾ ਜੱਫੇ ਤੇ ਖਲੋਤਾ ਹੀ ਸ਼ੇਰ ਦਾ ਇਹ ਬੱਚਾ ਤੇ ਸ਼ੇਰ ਦਾ ਇਹ ਪੋਤਾ ਹੀ ਇਹਦੇ ਕੋਲੋਂ ਡੋਲਦੇ ਨੇ ਬੜੇ ਬੜੇ ਗੱਭਰੂ ਜਿਹਨੂੰ ਜੱਟ ਨੇ ਫੜ ਲਿਆ ਉਹਨੂੰ ਰੱਜ ਧੋਤਾ ਹੀ ਜਾਗੀ ਸ਼ਰਾਮ ਸਾਹਿਬ ਭੱਟੋ ਇੱਕ ਵਾਰੀ ਫੇਰ ਬੋਲਦਾ ਹੋਇਆ ਧਾਵਾ ਇੰਟਰਨੈਸ਼ਨਲ ਖਿਡਾਰੀ ਸ੍ਰੀ ਸ਼ਬਾਜ਼ ਅਲੀ ਫਿੰਦੇਸ਼ਾ ਸਾਹਿਬ ਦੀਆਂ ਮਿਹਨਤਾਂ ਹਰ ਮੈਦਾਨ 'ਚ ਮੁੰਡਾ ਬੋਲਦਾ ਹੈ ਚੱਲ ਵੀ ਲੱਗ ਗਿਆ ਟੱਕਰ ਹੋਈ ਹੈ ਚੱਲ ਵੀ ਬੱਬਰ ਸ਼ੇਰ ਇਸ ਵੇਲੇ ਟੱਕਰ ਦੀ ਕੋਸ਼ਿਸ਼ ਕਰਦਾ ਸ਼ਰਾਮ ਸਾਜਦ ਭੱਟੋ ਨੂੰ ਫਟਕ ਰਹੀਆਂ ਬਾਹਾਂ ਲਾਈਆਂ ਪਰ ਇਹ ਬੱਬਰ ਸ਼ੇਰ ਹੈ ਪਾਕਿਸਤਾਨ ਦੀ ਰੇਲਵੇ ਦੀ ਕਾਕਾ ਜਿਹੜੀ ਰੁਕ ਜਾਣੀ ਹੈ ਇਹ ਪੁਆਇੰਟ ਦੇਖਦੇ ਆ ਚੱਲ ਵੀ ਭੱਟੋ ਦਾ ਤਾੜੀਆਂ ਮਾਰੋ ਭੱਟੋ ਬਹੁਤ ਸਿਆਣਾ ਰੇਟਰ ਹੈ ਬਹੁਤ ਸੋਹਣੀਆਂ ਰੇਟਾਂ ਪਾਉਂਦਾ ਨਾਪ ਤੋਲ ਕੇ ਟੱਚ ਬਹੁਤ ਵਧੀਆ ਹੁੰਦੇ ਇਸ ਮੁੰਡੇ ਦੇ ਚੱਲ ਸ਼ਬਾਜ਼ ਅਲੀ ਫਿੰਦੇਸ਼ਾ ਦੇ ਸ਼ਾਗਿਰਦਾਂ 'ਚ ਇੱਕ ਉੱਚਾ ਸੁੱਚਾ ਨਾਂ ਹੈ ਚੱਲ ਵੀ ਦੂਏ ਪਾਸੇ ਮੁੰਡਾ ਖੱਬੀ ਕੰਨੀ ਅਸ਼ਫਾਕ ਛਾਕਣ ਸੱਜੀ ਕੰਨੀ ਸਾਜ ਨਿਸਾਰ ਕਲੋਜ਼ ਫਾਈਟਰ ਸਰਦਾਰ ਸ਼ਾਹਿਬ ਗੁੱਜਰ ਜੀ ਮੀਆਂ ਕਾਜ਼ਮ ਸਾਹਿਬ ਮੀਆਂ ਕਾਜ਼ਮ ਸਾਹਿਬ ਔਰ ਸਰਦਾਰ ਸ਼ਾਹਿਬ ਗੁੱਜਰ ਆਪਣੇ ਵੀਰੇ ਦੀ ਖੇਡ ਦੇਖਦੇ ਹੋਏ ਇਸ ਵੇਲੇ ਦੇਖ ਜਰਾ ਬੱਬਰ ਸ਼ੇਰਾ ਪਤਾ ਲੱਗਣਾ ਕਹਿੰਦਾ ਨਸਣਾ ਜਾਨ ਬਚਾ ਕੇ ਬੜਾ ਔਖਾ ਨਾਲ ਡਾਢਿਆਂ ਦੇ ਜਦੋਂ ਮੇਲ ਪੈ ਜਾਏ ਕਿਵੇਂ ਬੜੇ ਦਾ ਕੀ ਮਜਾਲ ਉਸਦੀ ਜਿਸ ਲੱਕੜ ਤੇ ਮਿੱਟੀ ਦਾ ਤੇਲ ਪੈ ਜਾਏ ਉਸ ਰੁੱਖ ਨੂੰ ਕਦੇ ਨਾ ਹੋਸ਼ ਆਵੇ ਜਿਸ ਰੁੱਖ ਉੱਤੇ ਅਮਰ ਮੇਲ ਪੈ ਜਾਏ ਤੇ ਨਿਕਲ ਜਾਣ ਖਰਮਸਤੀਆਂ ਸਭ ਬਨਵਰ ਨਾ ਕੂਠ ਤੇ ਜਦੋਂ ਨਿਕਲ ਪੈ ਜਾਏ ਇਹ ਸਾਜਦ ਨਿਸਾਰ ਭਾਜੀ ਇਹਨੂੰ ਕਲੋਜ਼ ਫਾਈਟਰ ਆਖਿਆ ਜਾਂਦਾ ਸਾਜਾ ਤੇਰਾਣਾ ਵੀ ਆਖਿਆ ਜਾਂਦਾ ਸਾਜਦ ਨਿਸਾਰ ਗੁੱਜਰ ਸਰਦਾਰ ਸ਼ਾਹ ਗੁੱਜਰ ਹੋਣਾ ਵੱਲੋਂ ਜਨਾਬ 1000 ਰੁਪਈਆ ਸਾਜੇ ਸਾਰ ਗੁੱਜਰ ਦਾ ਸਾਜੇ ਗੁੱਜਰ ਦਾ 1000 ਰੁਪਈਆ ਜਨਾਬ ਮੀਆਂ ਕਾਜ਼ਮ ਸਾਹਿਬ ਸਰਦਾਰ ਸ਼ਾਹ ਗੁੱਜਰ ਸ਼ਾਨੀ ਕਬੋ ਸਾਹਿਬ ਕਬੋ ਲਾਜਵਾਬ ਜੀ ਸਾਹਿਬ ਦਾ ਚੀਨੀ ਆਏ ਹੈ ਆਲਮੋਸਟ ਖੁਦ ਚੀਨੀ ਤੋਂ ਬਚ ਕੇ ਉਹਨਾਂ ਦੇ ਸ਼ੂਗਰ ਦੀ ਜੀ ਹਾਂਜੀ ਸਾਜੇ ਸਾਰ ਗੁੱਜਰ ਦਾ ਚਲੀ ਜਵੇਦ ਗੁੱਜਰ ਜਵੇਦ ਕਲਮ ਸਾਹਿਬ ਉਹਨਾਂ ਵੱਲੋਂ ਸਤਿਕਾਰ ਕੱਲ ਨੂੰ ਜਿੱਤਣ ਵਾਲੀ ਟੀਮ 50,000 ਰੁਪਈਆ ਲਊਗੀ ਜਵੇਦ ਗੁੱਜਰ ਜਵੇਦ ਕਲਮ ਸਾਹਿਬ ਹਰਨ ਵਾਲੀ ਟੀਮ ਨੂੰ 25,000 ਔਰ ਸਾਰੇ ਅਫੀਸ਼ੀਅਲਸ ਨੂੰ ਖਾਣਾ ਹੋਣਾ ਜਨਾਬ ਗੁੱਜਰ ਜ਼ਰਈ ਫਾਰਮ ਦੇ ਉੱਤੇ ਚੱਲ ਵੀ ਇਸ ਵੇਲੇ ਆਏ ਹਾਏ ਜੱਟ ਖੜ ਗਿਆ ਬੱਬਰ ਸ਼ੇਰਾ ਆਏ ਹਾਏ ਸ਼ਕੀਲ ਜੱਟ ਦੀ ਅੱਖ ਆਏ ਹਾਏ ਸ਼ਕੀਲ ਜੱਟ ਦੀ ਅੱਖ ਸ਼ਿਕਾਰੀ ਦੇਖ ਦੱਸ ਕੇ ਆਵੀ ਉੱਡਦੀਆਂ ਸੁੱਟ ਲੈਂਦਾ ਈ ਜੱਟ ਸੋਚ ਕੇ ਦੱਜ ਤੂੰ ਲਾਲੀ ਤਾੜੀਆਂ ਮਾਰੋ ਜਰਾ ਸ਼ਕੀਲਾ ਜੱਟ ਬੰਦੇ ਮਾਰ ਆਖਿਆ ਜਾਂਦਾ ਇਹਨੂੰ ਸ਼ਕੀਲਾ ਜੱਟ ਬੰਦੇ ਮਾਰ ਸਾਰਾ ਗੁੱਜਰ ਚੋਰੀ ਫਰਿਆਦ ਅਲੀ ਜੱਟ ਕੋਚ ਏਅਰਫੋਰਸ ਤਾਲਬਾਰੀ ਗੁੱਜਰ ਪਿੱਛੇ ਪਿੱਛੇ ਲੁਕਣ ਡਏ ਆ ਗੋਲ ਲਈ ਫਿਰ ਮੈਂ ਬਾਅਦ ਚ ਵੀ ਲੈ ਲੈਣੀ ਮੈਚ ਤੋਂ ਲਗਾਉਣ ਦੀ ਲੋੜ ਨਹੀਂ ਜੀ ਪੀਰ ਜੀ ਬਿਸਮਿਲਾ ਚੱਲ ਵੇ ਜੀਓ ਜਵਾਨਾ ਜੀ ਹਾਏ ਰਾਣਾ ਆਤੀ ਜੀਓ ਜਵਾਨਾ ਜੀ ਪਰਵਤ ਸਰੀਰ ਤੇ ਵੇਖ ਕੀ ਬਣਦਾ ਖੂਬਸੂਰਤ ਅਰਦਾਸ ਰਾਣਾ ਆਤੀ ਉੱਠ ਫਰੀਦਾ ਸੁੱਤਿਆ ਤੇਰੀ ਦਾੜੀ ਆਇਆ ਬੂਰ ਅੱਗਾ ਆ ਗਿਆ ਨੇੜੇ ਤੇ ਪਿੱਛਾ ਰਹਿ ਗਿਆ ਦੂਰ ਅੱਜ ਬੜਾ ਫਸਿਆ ਹੋਇਆ ਕਬੱਡੀ ਦਾ ਮੈਚ ਦੂਸਰਾ ਮੈਚ ਦੇ ਵਿੱਚ ਚੱਲ ਅਨੀਸ ਬਿੱਲਾ ਅੱਜ ਦੇ ਮੈਚ ਦਾ ਮੈਨ ਆਫ ਦੀ ਮੈਚ ਆ ਵੱਡਾ ਜਵਾਨ ਨਾਲ ਹੋ ਗਈ ਟੱਕਰ ਖੁੱਚ
महसूस करती है नीस बिल्ले ने चोट तो बसाई रखे कहिंदा तेरा बनूगा की भोलिया पंछी आए मादी भी हो गया वन शिकारियां दे दस उन्हां फुल्लां दी राखी कौन करता उक पैण जो बाहर कटा रहे दी ड्यूटियां अंजाम दे रहे उन्हां दे नाल गुलाम अहमद गाबी शाहर ढिल्लों गोरा रंग ते गोरे रंग सदा नहीं रहना मानी गुज्जर ने मंसा गुज्जर नु टच मारिया और पॉइंट लेके कामयाबी दे नाल वापस आया दोवे टीमां दे दरमियान फसिया होया मैच चल चावां नाल कबड्डी नु वेखण लई अज जत्थे आए ने बड़ बड़ हाणियां दे आ तां वेख लै अज मैदान अंदर भुब्बा मारदे ने पुत पंजाब पाणियां दे भुब्बा मारदे ने पुत पंजाब पाणियां दे अज मैच दा नजारा पूरा सरूर ला रहा गुलाम मुर्तजा वाले ने दो नंबर तो खिंची खुश खिंची लेकिन प्रोफेसर परवेज अख्तर का इशारा कि कोई मुल नहीं पैदा कारतूस चले का खेडा विचों खेड कबड्डी पर जफा करले करले का पकड़ना पैदा डबल टच का इशारा दिता प्रोफेसर परवेज अख्तर ने चंद जोना पा कबड्डी मुंजा मुंडा है पुछ फुट गबरू ते पा के रेट लेंदा है मेला लुट गबरू चार जाफी जड़े बिल्कुल चीन की कंध बने हुए हैं मतलू वाली मतलू मेरे हल्का जहा झाका मारा इशफाक शाका राशद मलिक और मंसा गुज्जर ओदे नाल शाकल जट ने भरिया लक लक दुआले बाहां ते औखियां हो गई रावां कहिंदे